ਮੇਰਾ ਮੇਰੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੋਚਣੀ ਇਹ ਹੈ ਕਿ ਉਹਨਾਂ ਦਾ ਜਿਹੜਾ ਇਨੀਸ਼ੀਅਲ ਪੀਰੀਅਡ ਹੈ ਰਾਈਜ਼ ਦਾ ਉਹ ਇੱਕ ਰਿਲੀਜੀਅਸ ਰਿਫਾਰਮਰ ਦਾ ਰਾਈਜ਼ ਸੀ। ਕੋਈ ਉਹ ਇੰਡੀਅਨ ਸਟੇਟ ਦੇ ਖਿਲਾਫ਼ ਨਹੀਂ ਸੀ, ਕੋਈ ਨਾ ਹਿੰਦੂਆਂ ਦੇ ਖਿਲਾਫ਼ ਸੀ ਜੀ। ਉਹਨਾਂ ਨੇ ਜਿਹੜੀਆਂ ਸਮਾਜ ਦੇ ਵਿੱਚ ਬੁਰਾਈਆਂ ਆ ਰਹੀਆਂ ਸੀਗੀਆਂ, ਸਮਾਜਿਕ ਬੁਰਾਈਆਂ ਆ ਰਹੀਆਂ ਸੀਗੀਆਂ, ਜਿਹੜੀਆਂ ਸੱਭਿਆਚਾਰਕ ਬੁਰਾਈਆਂ ਆ ਰਹੀਆਂ ਸੀ ਕਿ ਲੋਕ ਸ਼ਰਾਬਾਂ ਪੀ ਰਹੇ ਸੀ ਔਰ ਮੀਨੋ ਹੋਰ ਗਲਤ ਕਿਸਮ ਦੇ ਪੋਰਨੋਗ੍ਰਾਫਿਕ ਲਿਟਰੇਚਰ ਦੇਖਦੇ ਸੀ ਜੀ। ਉਹਨਾਂ ਨੂੰ ਇੰਟੂਟਿਵ ਲੈਵਲ 'ਤੇ ਲੱਗਾ ਕਿ ਲੋਕ ਇਹ ਗਲਤ ਪਾਸੇ ਜਾ ਰਹੇ ਨੇ, ਜੇ ਮੈਂ ਅੰਮ੍ਰਿਤ ਦਾ ਪ੍ਰਚਾਰ ਕਰਾਂ, ਇਹਨਾਂ ਨੂੰ ਅੰਮ੍ਰਿਤਧਾਰੀ ਸਿੱਖ ਬਣਾਵਾਂ, ਇਹ ਆਪਣੀ ਮਿਹਨਤ ਕਰਨ ਅਤੇ ਗਲਤ ਕਿਸਮ ਦੇ ਜਿਹੜੇ ਖਰਚੇ ਆ ਉਹ ਘਟਾਉਣ, ਤਾਂ ਉਹਦੇ ਨਾਲ ਕਈ ਲੋਕ ਸੁਧਰੇ। ਮੈਂ ਪਹਿਲਾ ਬੰਦਾ ਸੀ ਜਿਹਨੇ ਮੈਂ ਨੋਟ ਕੀਤਾ ਸੀ ਕਿ ਸੰਤ ਭਿੰਡਰਾਂ ਵਾਲੇ ਦੇ ਪਹਿਲੇ ਜਿਹੜੇ ਫੋਲੋਅਰ ਸੀ ਉਹ ਔਰਤਾਂ ਅਤੇ ਬੱਚੇ ਸੀ, ਔਰ ਉਹ ਇਸ ਕਰਕੇ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਦੇਖੋ ਇਹ ਸੰਤ ਦੀ ਸਿੱਖਿਆ ਨਾਲ ਸਾਡੇ ਘਰ ਦਾ ਬੰਦਾ ਸ਼ਰਾਬੀ ਕਬਾਬੀ ਹੁਣ ਅੰਮ੍ਰਿਤਧਾਰੀ ਬਣ ਕੇ ਖੇਤੀ ਕਰਦਾ, ਨਾ ਕਿਸੇ ਗਲਤ ਥਾਂ 'ਤੇ ਸ਼ਰਾਬਾਂ ਪੀਂਦਾ, ਨਾ ਮੀਟ ਖਾਂਦਾ, ਔਰ ਸਾਡੀ ਜਿਹੜਾ ਕੰਜ਼ਮਪਸ਼ਨ ਸਾਡੀ ਘੱਟ ਗਈ, ਪੈਦਾਵਾਰ ਵੱਧ ਗਈ, ਇਸ ਦਾ ਖੁਸ਼ਹਾਲ ਹੋ ਗਈ। ਜਗਤ ਨਰਾਇਣ ਹੈ ਜਿਹੜਾ ਉਹ ਨਿਰੰਕਾਰੀਆਂ ਦੀ ਬੜੀ ਓਪਨਲੀ ਸਪੋਰਟ ਕਰਦਾ ਸੀ। ਜਗਤ ਨਰਾਇਣ ਦਾ ਰੋਲ ਹੈ ਜਿਹੜਾ ਔਰ ਆਰੀਆ ਸਮਾਜ ਦਾ ਰੋਲ ਹੈ ਪੰਜਾਬ 'ਚ ਬਹੁਤ ਹੀ ਨੁਕਸਾਨਦਾਇਕ ਹੈ। ਇਹਦੇ ਬਾਰੇ ਸਿਸਟਮੈਟਿਕ ਸਟੱਡੀ ਨਹੀਂ ਹੋਈ, ਪਰ ਕੁਛ ਪੇਪਰਸ ਨੇ, ਇੱਕ ਇੰਦੂ ਬਾਂਗਾ ਦਾ ਪੇਪਰ ਹੈ ਆਰੀਆ ਸਮਾਜ 'ਤੇ, ਬੜਾ ਚੰਗਾ ਹੈ ਜੀ। ਔਰ ਇੱਕ ਦਿਓਲ ਕੁੜੀ ਹੈ, ਉਹਨੇ PhD ਕੀਤੀ ਹੈ ਸੁਹਾਸ ਤੋਂ, ਉਹਨੇ ਕੁਛ ਇਹਨੂੰ ਲਿਆ ਹੈ, ਉਹਨੇ ਪ੍ਰੈਸ ਮੀਡੀਆ 'ਤੇ ਜ਼ੋਰ ਦਿੱਤਾ, ਪਰ ਉਹਨੇ ਦੇਖਿਆ ਕਿ ਜਿਹੜਾ ਇਹ ਜਗਬਾਣੀ ਅਤੇ ਜਿਹੜਾ ਸਾਰਾ ਆਰੀਆ ਸਮਾਜ ਦਾ ਮੀਡੀਆ ਸੀਗਾ, ਇਹਨਾਂ ਦਾ ਬਹੁਤ ਹੀ ਘਾਤਕ ਰੋਲ ਹੈ। ਇੱਕ ਮੇਰੇ ਦੋਸਤ ਸੀ ਪ੍ਰੋਫੈਸਰ, ਉਹਨਾਂ ਦੀ ਡੈਥ ਹੋ ਚੁੱਕੀ ਹੈ, ਉਹਨਾਂ ਨੇ ਸੈਂਟਰ ਸਟੇਟ ਰਿਲੇਸ਼ਨ 'ਤੇ ਕੰਮ ਕੀਤਾ ਸੀ, ਉਹ ਵੀ ਮੇਰੇ ਕੋਲ ਇੱਥੋਂ ਆਇਆ ਸੀ ਜਦੋਂ ਮੈਂ ਪੜ੍ਹਾਉਂਦਾ ਸੀ। ਉਹਨਾਂ ਨੇ ਮੈਨੂੰ ਆ ਕੇ ਦੱਸਿਆ ਕਿ ਮੈਂ ਤਾਂ ਬਹੁਤ ਹੀ ਮਤਲਬ ਹੈਰਾਨ ਹੈ ਕਿ ਇਸ ਤਰ੍ਹਾਂ ਦੀ ਘਾਤਕ ਸੋਚ ਨਹੀਂ ਰੱਖਦੇ ਹੈ ਇੱਥੋਂ ਦੇ ਜਿਹੜੇ ਆਰੀਆ ਸਮਾਜ ਨਾਲ ਸੰਬੰਧਿਤ ਪ੍ਰਚਾਰਕ। ਸੰਤ ਭਿੰਡਰਾਂ ਵਾਲੇ ਦੇ ਪ੍ਰਚਾਰਕਾਂ ਨੇ ਜਾਂ ਉਹਨਾਂ ਦੇ ਇੱਕ ਨੈਫਿਊ ਮੇਖਾ ਇਨਵੋਲਵ ਸੀ, ਉਹਦੇ 'ਚ ਮਰਡਰ ਹੋ ਗਿਆ। ਉਹਨੂੰ ਜਿਹੜਾ ਸਟੇਟ ਨੇ ਇਹ ਦੇਖਿਆ ਕਿ ਹਿੰਦੂਆਂ 'ਤੇ ਅਟੈਕ ਹੈ ਜੀ, ਇਹਨੂੰ ਅਤੇ ਉਹਦਾ ਉਹਨਾਂ ਦਾ ਜਿਹੜਾ ਰੋਲ ਸੀ ਪਹਿਲਾਂ ਰਿਲੀਜੀਅਸ ਰਿਫਾਰਮਰ ਵਾਲਾ, ਉਹ ਰੋਲ ਪਿੱਛੇ ਰਹਿ ਗਿਆ ਅਤੇ ਇਹ ਰੋਲ ਅੱਗੇ ਆਉਣਾ ਸ਼ੁਰੂ ਹੋ ਗਿਆ ਜੀ। ਉਸ ਤੋਂ ਬਾਅਦ ਉਹ ਗੱਲ ਵੱਧਦੀ ਗਈ ਅਤੇ ਕੁਛ ਇਨੋਸੈਂਟ ਹਿੰਦੂ ਦੇ ਕਤਲ ਹੋਏ, ਜਿਹੜਾ ਕਿ ਪਹਿਲਾ ਜਿਹੜਾ ਅਟੈਕ ਢਿਲਵਾਂ 'ਤੇ ਹੋਇਆ ਸੀ, ਚਾਰ ਬੰਦੇ ਮਾਰੇ ਗਏ ਸੀ, ਉਹਦੀ ਹਾਲਤ ਹੀ ਸਾਨੂੰ ਇਹ ਨਹੀਂ ਪਤਾ ਕਿ ਉਹ ਚਾਰ ਬੰਦੇ ਕੌਣ ਸੀ, ਮਾਰਨ ਵਾਲੇ ਕੌਣ ਸੀ, ਉਹਦੇ ਪਿੱਛੇ ਬੜੇ ਸੀਰੀਅਸ ਡਾਊਟਸ ਨੇ ਕਿ ਇਹਨੂੰ ਹੂ ਡਿਡ ਦਿਸ। ਅਤੇ ਹਾਲਾਂਕਿ ਇਹ ਗੱਲ ਰੈਕਡ 'ਤੇ ਹੈ ਕਿ ਸੰਤ ਭਿੰਡਰਾਂ ਵਾਲੇ ਨੇ ਉਸ ਕਤਲ ਦੀ ਨਿਖੇਧੀ ਕੀਤੀ ਸੀ, ਉਹ ਕੰਡੈਮ ਕੀਤਾ ਸੀ ਜੀ। ਇਸ ਤਰ੍ਹਾਂ ਉਹਨਾਂ ਨੇ VN ਤਿਵਾੜੀ ਦਾ ਜਿਹੜਾ ਕਤਲ ਹੋਇਆ ਸੀ ਉਹਦੀ ਨਿਖੇਧੀ ਕੀਤੀ ਸੀ, ਔਰ ਉਹ ਨਿਖੇਧੀ ਜਦੋਂ VN ਤਿਵਾੜੀ ਦਾ ਭੋਗ ਸੀ ਆ ਉੱਥੇ ਪੜ੍ਹ ਕੇ ਸੁਣਾਈ ਗਈ ਸੀ। ਕਾਂਗਰਸ ਨਾਲ ਸੰਬੰਧ ਜੁੜੇ ਜਾਂਦੇ ਨੇ ਸੰਤ ਜਰਨੈਲ ਸਿੰਘ ਦੀ, ਤੁਸੀਂ ਉਹਨੂੰ ਕਿਵੇਂ ਦੇਖਦੇ? ਜਿਹੜੇ ਸੰਤ ਭਿੰਡਰਾਂ ਵਾਲੇ ਸੀ ਉਹ ਵੀ ਇੰਨੇ ਇਸ ਲੈਵਲ 'ਤੇ ਪੋਲੀਟੀਸਾਈਜ਼ ਨਹੀਂ ਸੀ ਕਿ ਅਕਾਲੀਆਂ ਨੂੰ ਸਪੋਰਟ ਕਰਨਾ ਜਾਂ ਜੀ। ਉਹਨਾਂ ਨੂੰ ਜੇ ਚੰਗਾ ਬੰਦਾ ਲੱਗਦਾ ਸੀ ਭਾਵੇਂ ਹਿੰਦੂ ਵੀ ਹੋਵੇ ਜੀ, ਉਹ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਉਹਨਾਂ ਦੇ ਹਿੰਦੂ ਵੀ ਫੋਲੋਅਰ ਸੀ। ਪਰ ਜਦੋਂ ਆਪਾਂ ਦੇਖਦੇ ਹਾਂ ਵੀ 84 ਦੇ ਵਿੱਚ ਸਿੱਖ ਨਸਲ ਖੁਸ਼ੀ ਹੁੰਦੀ ਹੈ, ਉਦੋਂ ਪੰਜਾਬ ਦੇ ਵਿੱਚ ਕੋਈ ਵੀ ਹਿੰਦੂ ਹੈ ਜਿਹੜਾ ਉਹ ਨਹੀਂ ਮਾਰਿਆ ਜਾਂਦਾ ਹੈ, ਬਹੁਤ ਚੰਗੀ ਗੱਲ। ਜਾਂ ਇਹ ਤੋਂ ਇਲਾਵਾ ਮੈਨੂੰ ਲੱਗਦਾ ਵੀ ਕੁਛ ਜਿਹੜੇ ਹਿੰਦੂ ਨੌਜਵਾਨ ਸੀਗੇ ਪੰਜਾਬ ਦੇ ਵਿੱਚ ਉਹ ਖੜਕੂ ਧਿਰਾਂ ਦੇ ਵਿੱਚ ਵੀ ਰਹੇ ਨੇ, ਮੈਂ ਲਿਖਿਆ ਇਹਦੇ ਬਾਰੇ। ਉਸ ਦਹਾਕੇ ਨੂੰ ਦੇਖੀਏ, ਉਸ ਪੀਰੀਅਡ ਨੂੰ ਦੇਖੀਏ, ਘੱਲੂਘਾਰੇ ਨੂੰ, ਨਸਲਕੁਸ਼ੀ ਨੂੰ ਦੇਖੀਏ, ਪੰਜਾਬ ਦਾ ਜਿਹੜਾ ਅਕਾਦਮਿਕ ਵਰਕ ਹੈ ਜਾਂ ਪੰਜਾਬ ਦਾ ਜਿਹੜਾ ਇਲੀਟ ਹੈ ਜਾਂ ਪੰਜਾਬ ਦਾ ਉਹ ਬੰਦਾ ਜਿਹਦੀ ਗੱਲ ਸੁਣੀ ਜਾ ਸਕਦੀ ਸੀ ਵਿਸ਼ਵ ਪੱਧਰ ਦੇ ਉੱਤੇ, ਭਾਰਤ ਦੇ ਪੱਧਰ ਉੱਤੇ, ਉਹ ਇਸ ਪ੍ਰਤੀ ਜਾਂ ਚੁੱਪ ਰਿਹਾ ਜਾਂ ਉਹਨੇ ਇਸ ਪ੍ਰਤੀ ਸਟੇਟ ਦੇ ਨਾਲ ਮਿਲ ਕੇ ਜਾਂ ਪੰਜਾਬ ਦੇ ਖਿਲਾਫ ਜਾ ਕੇ ਇੱਕ ਆਪਣੀ ਲਾਈਨ ਕ੍ਰੀਏਟ ਕੀਤੀ ਹੈ, ਤੁਸੀਂ ਇਹਨੂੰ ਕਿਵੇਂ ਦੇਖਦੇ? ਮੇਰਾ ਇਹ ਖਿਆਲ ਹੈ ਕਿ ਜਿੰਨਾ ਵੱਡਾ ਦੁਖਾਂਤ ਪੰਜਾਬ 'ਚ ਹੋਇਆ ਹੈ ਜੀ, ਖਾਸ ਤੌਰ 'ਤੇ ਜਿਹੜਾ ਮਨੁੱਖੀ ਘਾਤਕ ਸੀਗਾ ਜੀ, ਓਡੇ ਵੱਡੇ ਲੈਵਲ ਦੀ ਰਿਸਪੋਂਸ ਜਿਹੜੀ ਇੰਟਲੈਕਚੁਅਲ ਲੈਵਲ 'ਤੇ ਹੋਣੀ ਚਾਹੀਦੀ ਆ ਨਹੀਂ ਹੋਈ। ਪਰ ਮੈਂ ਸਮਝਦਾ ਕਿ ਮੈਂ ਉਹਨਾਂ ਲੋਕਾਂ 'ਚੋਂ ਸੀ, ਮੈਂ ਸੀ, ਡਾਕਟਰ ਗੁਰਭਗਤ ਸਿੰਘ ਸੀ, ਡਾਕਟਰ ਨਿਰਮਲ ਆਜ਼ਾਦ ਸੀ ਜੀ, ਅਸੀਂ ਬਹੁਤ ਥੋੜ੍ਹੇ ਲੋਕ ਸੀ, ਪਰ ਇਹ ਹੈ ਕਿ ਅਸੀਂ ਜਿਹੜੇ ਜਿਨ੍ਹਾਂ ਨੂੰ ਪੰਜਾਬ 'ਚ ਬੁੱਧੀਜੀਵੀ ਕਹਿੰਦੇ ਆ ਉਹਨਾਂ ਦੇ ਵਿੱਚੋਂ ਸਿਰ ਕੱਢ ਸੀ ਜੀ, ਅਸੀਂ ਨਹੀਂ ਉਹ ਲਾਈਨ ਅਡੋਪਟ ਕੀਤੀ, ਨਾ ਤਾਂ ਚੁੱਪ ਕਰਨ ਵਾਲੀ ਜੀ ਅਤੇ ਨਾ ਹੀ ਸਿਰ ਨਵਾਉਣ ਆ ਗਈ ਤਾਕਤ ਦੇ ਅੱਗੇ, ਆਪਣੀ ਆਜ਼ਾਦਾਨਾ ਸੋਚ ਨਾਲ ਜੋ ਵੀ ਸਾਨੂੰ ਸਮਝ ਆਇਆ ਉਹਦੇ ਬਾਰੇ ਲਿਖਿਆ। ਪੰਜਾਬ ਦੇ ਵਿੱਚ ਜਿਹੜੇ ਬੁੱਧੀਜੀਵੀ ਆ ਮੁੱਖ ਤੌਰ 'ਤੇ ਖੱਬੇ ਪੱਖੀ ਲਹਿਰਾਂ ਵਿੱਚ ਸੀ ਜੀ, ਇਹਨੂੰ ਮਾਰਕਸਿਜ਼ਮ ਤੋਂ ਪ੍ਰਭਾਵ ਸੀ, ਮੀਨੋ ਮਾਰਕਸਿਜ਼ਮ ਨੇ ਬੜੇ ਲੋਕਾਂ ਨੂੰ ਇੰਸਪਾਇਰ ਕੀਤਾ, ਖਾਸ ਤੌਰ ਜਿਹੜੇ ਪਿੰਡਾਂ 'ਚੋਂ ਲੋਕ ਆਏ ਸੀ
एक नवा विजन दिता और उन्हें उन्होंने एक नवा पैरामीटर दिता एक नवा पैराडाइम दिता एनालाइज करने लिए। मैं समझा जो गरीब लोग ने उन्होंने वास्ते रिलीजन बहुत इंपॉर्टेंट जी, जी गरीबी थोड़ा क्रश कर रही है थोड़ा कितने सहारा नहीं मिलता तुम कहने कि न्यासरिया आसरे न्योकियां ओट तो वो जो पैदा होंगे वो साढ़े खब्बे पक्षियों ने नहीं किया। लैटिन अमेरिका च उन्होंने अंडरस्टैंड करने की कोशिश की है जी लिबरेशन थियोलॉजी उत्थे डिवेलप हुई है उन्होंने इस चीज़ को अंडरस्टैंड किया है। जेडे ईस्ट एशियन कंट्री ने जिते बुद्धिस्ट लोग ने बुद्धिस्ट लोगों ने भी इसको अंडरस्टैंड किया उन्होंने कई लोग खब्बे पलखी लहरों के तो यह कारण यह भी सी कि जो सा बुद्धिजीवी है उन्होंने लगता है कि जी भी कोई रिलीजन जुड़ी लहर है वो पछा खिचू है। तो सोवियत यूनियन ने जिहड़ियां पंजाब दियां कम्यूनिस्ट इंडिया दियां कम्यूनिस्ट पार्टियां नाल बहुत नेड़दा संबंध सी उन्होंने भी यह एडवाइस किया कि इंडियन स्टेट नूं जो भी कोई वीकन करता है वो साड़ी ग्लोबल लैवल ते साड़ी जिहड़ा सोवियत कैंप उन दी करता है जी। तो इत्थों दे कम्यूनिस्टां ने अनक्रिटिकल लैवल ते सोवियत एडवाइस नूं मन के कि जिहड़ा भी इंडियन गवर्नमेंट नूं वीक करता वो डीस्टेबलाइज कर रहा है वो यूनिटी इंटैग्रिटी नूं नुकसान पहुँचाता है वो ग्लोबल लैवल ते प्रोग्रेसिव फोर्सेस नूं वीक करता है। ये बड़ी किस्म दी क्रूड किस्म की अंडरस्टैंडिंग है और जिन्हें बहुत नुकसान पहुँचाया और जिन्हें अपनी धरती दे विच एनालाइज नहीं किया बाहरों आई एडवाइस नूं एक्सेप्ट किया जिहदे च हरकिशन सिंह सुरजीत का रोल मतलब उन्हें पॉजिटिव रोल भी प्ले किया जिहड़ा बीजेपी के खिलाफ भारी ताकतों को इकट्ठा किया पर इस पक्षों एक नैगेटिव रोल भी है कि वह सोवियत यूनियन इन्ना नेड़े तौर पर जुड़े हुए थे इस तरह ही CPI भी। मैं ये नहीं कहांगा कि जेडे कम्युनिस्ट कारकुन सीगे वो सारे करप्ट सी या वो डीजनरेट सी उन्हें बहुत ही ईमानदार और बहुत ही आला किस्म के लोग लहरों में आए। इस रोल च पार्टिसिपेट करने लिए अपने आप नूं हल्लाशेरी भी दिंदे सी समझदे सी कि बड़ा वड्डा प्रोग्रेसिव रोल प्ले कर रहे हैं कि देखो असीं इन्ने पछां खिचू ताकतों के खिलाफ खड़े हैं। उहदे पिछे जिहड़ियां सिख जथेबंदियां ते उन्हां दे विच भी बड़ी नैगेटिव किस्म की सोचनी और जिहड़ा खास तौर पर कुछ बड़े बड़े वधिया खब्बे पक्षी चिंतक सीगे उन्हां दा कतल करना जिवें दर्शन सिंह कनेडियन का कतल करना और पाश का कतल करना पाश बारे डिफरेंसिस हो सकते हैं पर पाश दिल्ली दरबार के खिलाफ सी उहदी बहुत वधिया कविता है जदों इंदिरा गांधी मरी है तो एक बहुत शानदार कविता है कि मैं इस शोक में शामिल नहीं। सत श्री अकाल जी, मैं गुरप्रताप सिंह, तुसी देख रहे हो प्रोग्राम शिखर संवाद। अज असीं गल करांगे प्रोफेसर प्रीतम सिंह जी नाल जो कि अर्थशास्त्री ने। प्रोफेसर प्रीतम सिंह जी वुल्सफन कॉलेज दे विच बतौर प्रोफेसर जिहड़ी अपनी भूमिका निभा रहे ने एज अ स्कॉलर। इस तो पहला वो ब्रुक्स बिजनेस स्कूल दे विच भी कार्यशील रहे ने, पंजाब दी धरती नाल जुड़े हुए ने, इत्थे उन्होंने अपनी विद्या हासिल की ते खास तौर पर उन्होंने समाजवादी सिद्धांत तो वह काफ़ी मुतासर रहे। इस तो इलावा वह उन्हां दियां जिहड़ियां किताबां ने नेशन दे उत्ते फैडरलिज़म दे उत्ते ह्यूमन राइट्स दे उत्ते पंजाब दी इकोनॉमी दे उत्ते आपां नूं पढ़न लिखन नूं मिलदियां ने। अजकल जिहड़ा वह कार्य कर रहे ने वह इको सोशलिज़म ते कर रहे ने, वातावरण पक्षी समाज दा ढांचा जिहड़ा वह आर्थिकता दे पक्खों सिरजना चाहुंदे ने ते खास तौर पर पंजाब दे संबंध दे नाल आपां उन्हां नाल गल्लां कर रहे हाँ। पिछली कड़ी दे विच असीं हरी क्रांति बारे उन्हां नाल गलबात कीती सी, इस कड़ी दे विच असीं उन्हां नाल गल करांगे 80 ते 90 दे दहाके दी जिहदे विच पंजाब नूं इक संताप दे विचों लंघना पिया है ते खास तौर पर जाणांगे वी वह इस वर्तारे नूं किवें देखदे ने। सर थोड़ा फिर मुड़ के स्वागत है। जे आपां उस दहाके नूं देखिए उस पीरियड नूं देखिए घल्लूघारे नूं नसलकुशी नूं देखिए पंजाब दा जिहड़ा अकादमिक वर्क है या पंजाब दा जिहड़ा इलीट है या पंजाब दा वह बंदा जिहदी गल सुनी जा सकती सी विश्व पद्धर दे उत्ते भारत दे पद्धर उत्ते वह इस प्रति या चुप रहा या उन्हें इस प्रति स्टेट दे नाल मिल के या पंजाब दे खिलाफ जाके एक अपनी लाइन क्रिएट कीती है, तुसीं इहनूं किवें देखदे हो? मेरा यह ख्याल है कि जिन्ना वड्डा दुखांत पंजाब च होया है जी खास तौर पर जिहड़ा मनुखी घातक सीगा जी ओडे वड्डे लैवल की रिस्पोंस जिहड़ी इंटलैक्चुअल लैवल से होनी चाहिए और नहीं हुई उहदा कारण है जिहड़े एक तो यह है कि साडी जिहड़ी इंटलैक्चुअल डिवेलपमेंट ही घट सी कि साडा जिहड़ा इंटैलीजेंशिया वाल रोल है जां साडी इंटलैक्चुअल दा प्लेस है साडी सोसाइटी च उन्ना उच्चा नहीं गा जी। ये खेती प्रधान केस होण करके
ਅਰਬਨਾਈਜੇਸ਼ਨ ਨਹੀਂ ਫੈਲੀ, ਜਿਹੜੀ ਕਮਿਊਨੀਕੇਸ਼ਨ ਨਹੀਂ ਫੈਲੀ, ਮੀਡੀਆ ਨਹੀਂ ਫੈਲਿਆ, ਤਾਂ ਇੱਕ ਤਾਂ ਇਹ ਹੈ ਕਿ ਸਾਡੇ ਪਰ ਜਿਹੜੇ ਅਕਾਦਮਿਕਤਾ ਨੇ ਵੱਖ ਲਈ ਅਖਤਿਆਰ ਕੀਤੀ, ਉਹਨਾਂ ਨੇ ਇੱਕ ਆਪਣੀ ਲਾਈਨ ਕ੍ਰੀਏਟ ਕਰ ਲਈ ਵੀ ਅਸੀਂ ਇਸ ਲਾਈਨ 'ਤੇ ਚੱਲਾਂਗੇ, ਉਹ ਵੀ ਤਾਂ ਇੰਟਲੈਕਚੁਅਲੀ ਸੀਗੇ। ਹਾਂ, ਔਰ ਦੂਜਾ ਇਹ ਹੈ ਕਿ ਜਿਹੜਾ ਜਿਹੜਾ ਜਿਹੜੇ ਵੀ ਇੰਟਲੈਕਚੁਅਲ ਸੀਗੇ ਉਹਨਾਂ ਵਿੱਚੋਂ ਬਹੁਤ ਥੋੜ੍ਹੇ ਸੀ ਜਿਨ੍ਹਾਂ ਨੇ ਆਜ਼ਾਦਾਨਾ ਸੋਚ ਨਾਲ ਅਤੇ ਬਹਾਦਰੀ ਨਾਲ ਇਸ ਚੀਜ਼ ਨੂੰ ਕ੍ਰਿਟੀਕਲ ਢੰਗ ਨਾਲ ਦੇਖਿਆ। ਮੈਂ ਕੋਈ ਆਪਣੀ ਪ੍ਰੇਜ਼ ਨਹੀਂ ਕਰਨਾ ਚਾਹੁੰਦਾ, ਪਰ ਮੈਂ ਸਮਝਦਾ ਕਿ ਮੈਂ ਉਹਨਾਂ ਲੋਕਾਂ 'ਚੋਂ ਸੀ। ਮੈਂ ਸੀ, ਡਾਕਟਰ ਗੁਰਭਗਤ ਸਿੰਘ ਸੀ, ਡਾਕਟਰ ਨਿਰਮਲ ਆਜ਼ਾਦ ਸੀ ਜੀ, ਅਸੀਂ ਬਹੁਤ ਥੋੜ੍ਹੇ ਲੋਕ ਸੀ। ਪਰ ਇਹ ਹੈ ਕਿ ਅਸੀਂ ਜਿਹੜੇ ਜਿਨ੍ਹਾਂ ਨੂੰ ਪੰਜਾਬ 'ਚ ਬੁੱਧੀਜੀਵੀ ਕਹਿੰਦੇ ਆ, ਉਹਨਾਂ ਦੇ ਵਿੱਚੋਂ ਸਿਰ ਕੱਢ ਸੀ ਜੀ। ਅਸੀਂ ਨਹੀਂ ਉਹ ਲਾਈਨ ਅਡੋਪਟ ਕੀਤੀ, ਨਾ ਤਾਂ ਚੁੱਪ ਕਰਨ ਵਾਲੀ ਜੀ, ਅਤੇ ਨਾ ਹੀ ਸਿਰ ਨਵਾਉਣ ਆ ਗਈ ਤਾਕਤ ਦੇ ਅੱਗੇ। ਆਪਣੀ ਆਜ਼ਾਦਾਨਾ ਸੋਚ ਨਾਲ ਜੋ ਵੀ ਸਾਨੂੰ ਸਮਝ ਆਇਆ ਉਹਦੇ ਬਾਰੇ ਲਿਖਿਆ। ਪਰ ਕੁਲੈਕਟਿਵ ਤੌਰ 'ਤੇ ਦੇਖਿਆ ਜਾਵੇ ਤਾਂ ਐਡਾ ਵੱਡਾ ਦੁਖਾਂਤ ਵਾਪਿਆ ਅਤੇ ਉਹਦੇ ਬਰਾਬਰ ਦਾ ਸਾਹਿਤ ਨਹੀਂ ਰਚਿਆ ਗਿਆ, ਉਹਦੇ ਬਰਾਬਰ ਦੀ ਸੋਸ਼ਲ ਸਾਇੰਸ ਰਿਸਰਚ ਨਹੀਂ, ਡਾਇਲੋਗ ਨਹੀਂ ਰਚਿਆ, ਉਹਦੇ ਬਰਾਬਰ ਦੀ ਇਕਨੋਮਿਕ ਰਿਸਰਚ ਨਹੀਂ ਹੋਈ ਉਹਦੇ 'ਚ। ਸਾਡੀ, ਮੈਂ ਕਹਿੰਦਾ ਕਿ ਇੱਕ ਤਾਂ ਸਾਡੀ ਜਿਹੜੀ ਇੰਟਲੈਕਚੁਅਲ ਪਾਵਰਟੀ ਦੀ ਟ੍ਰੈਡੀਸ਼ਨ ਹੈ ਜੀ, ਯੂ ਨੋ, ਕਿਉਂਕਿ ਇਹ ਨਹੀਂ ਹੈ ਕਿ ਉਸ ਤੋਂ ਪਹਿਲਾਂ ਬਹੁਤ ਵੱਡੇ ਵਿਦਵਾਨ ਸੀ ਜਿਹੜੇ ਕਿ ਇਹ ਗੱਲਾਂ ਕਰ, ਉਸ ਤੋਂ ਪਹਿਲਾਂ ਵੀ ਇੰਟਲੈਕਚੁਅਲ ਪਾਵਰਟੀ ਹੈ ਸਾਡੇ 'ਚ ਜੀ। ਅਤੇ ਦੂਜਾ ਇਹ ਹੈ ਕਿ ਜਿਹੜਾ ਸਟੇਟ ਦੀ ਪਾਵਰ ਹੈ ਲੋਕਾਂ ਨੂੰ ਮੈਨੀਪੁਲੇਟ ਕਰਨ ਦੀ, ਡਰਾਉਣ ਦੀ, ਉਹ ਬੜੀ ਤਾਕਤਵਰ ਹੈ। ਕਈ ਲੋਕ ਫਰਾਈਟਨ ਹੋ ਜਾਂਦੇ ਆ, ਲਾਲਚ ਉਹਦੇ ਵਿੱਚ ਵੱਡਾ ਹਿੱਸਾ, ਲਾਲਚ ਵੀ ਹਿੱਸਾ ਹੈ ਔਰ ਡਰ ਵੀ ਹਿੱਸਾ ਹੈ, ਦੋਨੇ ਚੀਜ਼ਾਂ ਉਹਦੇ 'ਚ, ਕੈਰੇਟਨਿਸਟਿਕ ਜਿਹਨੂੰ ਜੀ ਕਹਿੰਦੇ ਆ ਉਹਦੇ 'ਚ ਉਹ ਵੀ ਹਿੱਸਾ ਹੈ। ਅਤੇ ਕੁਛ ਲੈਵਲ ਤੱਕ ਜਿਹੜੀ ਆਈਡੀਓਲੋਜੀਕਲ ਟ੍ਰੇਨਿੰਗ ਹੈ ਜੀ, ਕਿ ਪੰਜਾਬ ਦੇ ਵਿੱਚ ਜਿਹੜੇ ਬੁੱਧੀਜੀਵੀ ਆ ਮੁੱਖ ਤੌਰ 'ਤੇ ਖੱਬੇ ਪੱਖੀ ਲਹਿਰਾਂ ਵਿੱਚ ਸੀ ਜੀ, ਜਿਹਨੂੰ ਮਾਰਕਸਿਜ਼ਮ ਤੋਂ ਪ੍ਰਭਾਵ ਸੀ, ਇਹਨਾਂ ਮਾਰਕਸਿਜ਼ਮ ਨੇ ਬੜੇ ਲੋਕਾਂ ਨੂੰ ਇੰਸਪਾਇਰ ਕੀਤਾ, ਖਾਸ ਤੌਰ ਜਿਹੜੇ ਪਿੰਡਾਂ 'ਚੋਂ ਲੋਕ ਆਏ ਸੀ, ਇੱਕ ਨਵਾਂ ਵਿਜ਼ਨ ਦਿੱਤਾ ਔਰ ਉਹਨਾਂ ਨੂੰ ਇੱਕ ਨਵਾਂ ਪੈਰਾਮੀਟਰ ਦਿੱਤਾ, ਇੱਕ ਨਵਾਂ ਪੈਰਾਡਾਈਮ ਦਿੱਤਾ ਐਨਾਲਾਈਜ਼ ਕਰਨ ਲਈ। ਉਹਨਾਂ ਦੀ ਜਿਹੜੀ ਰਿਲੀਜਨ ਬਾਰੇ ਸੋਚ ਸੀ ਉਹ ਬੜੀ, ਮਤਲਬ ਮੈਂ ਸਮਝਦਾ ਕਿ ਬਹੁਤ ਵਧੀਆ ਨਹੀਂ ਸੀ, ਯੂਨੋ, ਇਸ ਤੋਂ ਹੋਰ ਲਫ਼ਜ਼ ਕੋਈ ਮੈਨੂੰ ਸਮਝ ਨਹੀਂ ਆ ਰਿਹਾ ਕਿ ਉਹਦਾ ਵੀ, ਉਹਨਾਂ ਦਾ ਕਸੂਰ ਵੀ ਨਹੀਂ ਸੀ ਕੁਛ ਹੱਦ ਤੱਕ, ਕਿਉਂਕਿ ਜਿਹੜਾ ਸਟਾਲਿਨਿਸਟ ਟ੍ਰੈਂਡ ਆਇਆ ਮਾਰਕਸਿਜ਼ਮ ਦੇ ਵਿੱਚ, ਉਹਨਾਂ ਦੀ ਰਿਲੀਜਨ ਵਾਲਾ ਅਪਰੋਚ ਬੜੀ ਗਲਤ ਸੀ ਜੀ। ਹਾਲਾਂਕਿ ਮਾਰਕਸਿਜ਼ਮ ਨੂੰ ਸਾਰੇ ਲੈਵਲ 'ਤੇ ਲਿਖਿਆ ਜਾਵੇ ਤਾਂ ਮਾਰਕਸਿਜ਼ਮ ਦੇ ਵਿੱਚ ਬੜੀਆਂ ਟੈਂਡੈਂਸੀ ਨੇ ਜਿਹੜੀਆਂ ਰਿਲੀਜਨ ਨੂੰ ਵੈਲਿਊ ਕਰਦੀਆਂ ਨੇ, ਕਿ ਰਿਲੀਜਨ ਹੈ ਜਿਹੜਾ ਇੱਕ ਮਨੁੱਖ ਦੀ ਲੋੜ ਹੈ। ਮੈਂ ਆਪਣੇ ਆਪ ਨੂੰ ਸਮਝਦਾ ਕਿ ਮੈਂ ਉਸ ਤਰ੍ਹਾਂ ਰੱਬ ਵਿਸ਼ਵਾਸ ਨਹੀਂ ਕਰਦਾ, ਪਰ ਮੈਂ ਸਪਿਰਚੁਅਲਿਟੀ 'ਚ ਵਿਸ਼ਵਾਸ ਕਰਦਾ ਹਾਂ, ਔਰ ਮੈਂ ਸਮਝਦਾ ਜਿਹੜੇ ਗਰੀਬ ਲੋਕ ਨੇ ਉਹਨਾਂ ਵਾਸਤੇ ਰਿਲੀਜਨ ਬਹੁਤ ਇੰਪੋਰਟੈਂਟ ਹੈ। ਜਿਹੜੀ ਗਰੀਬੀ ਤੁਹਾਨੂੰ ਕਰਸ਼ ਕਰ ਰਹੀ ਹੈ, ਤੁਹਾਨੂੰ ਕਿਤੇ ਸਹਾਰਾ ਨਹੀਂ ਮਿਲਦਾ, ਤੁਸੀਂ ਕਹਿੰਦੇ ਹਾਂ ਕਿ ਨਿਆਸਰਿਆਂ ਦੇ ਆਸਰੇ, ਨਿਓਟਿਆਂ ਦੀ ਓਟ, ਤਾਂ ਉਹਦੇ ਵਿੱਚੋਂ ਜਿਹੜਾ ਪੈਦਾ ਹੁੰਦਾ ਉਹ ਸਾਡੇ ਖੱਬੇ ਪੱਖਿਆਂ ਨੇ ਨਹੀਂ ਕੀਤਾ। ਲੈਟਿਨ ਅਮੈਰੀਕਾ 'ਚ ਉਹਨਾਂ ਨੇ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਲਿਬਰੇਸ਼ਨ ਥਿਓਲੋਜੀ ਉੱਥੇ ਡਿਵੈਲਪ ਹੋਈ ਹੈ ਉਹਨਾਂ ਨੇ ਇਸ ਚੀਜ਼ ਨੂੰ ਅੰਡਰਸਟੈਂਡ ਕੀਤਾ ਹੈ। ਜਿਹੜੇ ਈਸਟ ਏਸ਼ੀਅਨ ਕੰਟਰੀ ਨੇ ਜਿੱਥੇ ਬੁੱਧਿਸਟ ਲੋਕ ਨੇ, ਬੁੱਧਿਸਟ ਲੋਕਾਂ ਨੇ ਵੀ ਇਸ ਨੂੰ ਅੰਡਰਸਟੈਂਡ ਕੀਤਾ, ਉਹਨਾਂ 'ਚ ਕਈ ਲੋਕ ਖੱਬੇ ਪੱਖੀ ਲਹਿਰਾਂ ਦੇ ਵਿੱਚ ਸੀ, ਤਾਂ ਇਹਦਾ ਇੱਕ ਕਾਰਨ ਇਹ ਵੀ ਸੀ ਕਿ ਜਿਹੜੇ ਸਾਡੇ ਬੁੱਧੀਜੀਵੀ ਹੈ ਉਹਨਾਂ ਨੂੰ ਲੱਗਦਾ ਸੀ ਕਿ ਜਿਹੜੀ ਵੀ ਕੋਈ ਰਿਲੀਜਨ ਨਾਲ ਜੁੜੀ ਲਹਿਰ ਹੈ ਉਹ ਸ਼ਾਂਖਿਚੂ ਹੈ, ਉਹਦੀਆਂ ਜਿਹੜੀਆਂ ਕੌਂਟਰਾਡਿਕਟਰੀ ਆਸਪੈਕਟ ਨਹੀਂ ਉਹ ਕੈਪਚਰ ਕਰ ਸਕੇ, ਅਤੇ ਉਹ ਬਹੁਤ ਥੋੜ੍ਹੇ ਸੀ ਜਿਹਨਾਂ ਦਾ ਮੈਂ ਤੁਹਾਨੂੰ ਦੱਸਿਆ ਹੀ ਹੈ। ਪਰ ਜੇ ਆਪਾਂ ਪੰਜਾਬ ਦੀ ਦੇਖਦੇ ਹਾਂ ਵੀ ਉਹ ਪੰਜਾਬ ਨੂੰ ਇੱਕ ਰਿਲੀਜਨ ਦੇ ਤੌਰ 'ਤੇ ਪਛਾਂ ਕਿਛੂ ਮੰਨ ਰਹੇ ਸੀ ਵੀ ਇਹ ਵੱਧਦਾ ਜਾ ਰਿਹਾ, ਪਰ ਨਾਲ ਹੀ ਜਿਹੜੀ ਇੰਡੀਅਨ ਗੌਰਮੈਂਟ ਸੀ ਜਾਂ ਇੰਡੀਆ ਦਾ ਸਟੇਟ ਦਾ ਇੱਕ ਢਾਂਚਾ ਸੀਗਾ ਉਹ ਵੀ ਹੁਣ ਹਿੰਦੂਵਾਦ ਦੀ ਜਿਹੜੇ ਨਕਾਬ ਤੋਂ ਲੁਕਿਆ ਨਹੀਂ ਸੀਗਾ, ਉਹ ਵੀ ਸਾਫ਼ ਸੀਗਾ। ਫਿਰ ਉਹਨਾਂ ਨੇ ਉਸ ਵੇਲੇ ਵੀ ਤਾਂ ਜਿਹੜਾ ਇੰਡੀਆ ਦੇ ਨਾਲ ਖੜੇ ਉਹ ਵੀ ਠੀਕ ਹੈ, ਪਰ ਜਦੋਂ ਮਤਲਬ ਇਹਦੇ ਵਿੱਚ ਇਕੱਲੀ ਇਹ ਗੱਲ ਨਹੀਂ ਕਹੀ ਜਾ ਸਕਦੀ ਵੀ ਧਰਮ ਕਰਕੇ ਵੀ ਉਹ ਸਿੱਖਾਂ ਦੇ ਵਿਰੋਧ ਦੇ ਵਿੱਚ ਸੀਗੇ, ਤਾਂ ਇਹਦੇ ਪਿੱਛੇ ਹੋਰ ਵੀ ਕਈ ਕਾਰਨ ਹੋ ਸਕਦੇ ਨੇ। ਉਹਦੇ ਪਿੱਛੇ ਇਹ ਕਾਰਨ ਵੀ ਹੈ ਕਿ ਜਾਂ ਪੰਜਾਬ ਦੇ ਵਿੱਚ ਉਹਨਾਂ ਦੀ ਜਿਹੜੀ ਰਾਜਨੀਤਿਕ ਸੱਤਾ ਜਿਹੜੀ ਪਹਿਲਾਂ ਜ਼ਿਆਦਾ ਸੀਗੀ, ਕਿਉਂਕਿ ਆਪਾਂ ਜਦੋਂ ਦੇਖਦੇ ਹਾਂ ਆਈ ਥਿੰਕ 70 ਦੇ ਵਿੱਚ ਜਾਂ 80 ਦੇ ਵਿੱਚ ਅਕਾਲੀ ਦਲ ਅਤੇ ਲੈਫਟ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਇਕੱਠੀਆਂ ਲੜਦੀਆਂ ਨੇ ਅਤੇ ਉਹ ਸੀਟਾਂ ਵੀ ਲੈਂਦੀਆਂ ਨੇ, ਅਤੇ ਕਿਤੇ ਨਾ ਕਿਤੇ ਉਹ ਸੱਤਾ ਹਾਸਲ ਕਰਨ ਵੱਲ ਵੀ ਸੀਗਾ ਰਾਹ ਕਿ ਲੈਫਟ ਦਾ ਪੰਜਾਬ ਦੇ ਵਿੱਚ ਸੱਤਾ, ਉਹ ਤਾਂ ਫਿਰ ਵੀਕ ਹੋ ਗਿਆ ਨਾ ਇਨਫੈਕਟ ਜੀ, ਜੇ ਉਹ ਸੱਤਾ ਦੇ ਪਹੁੰਚ ਤੋਂ ਹੀ ਸੋਚਦੇ ਤਾਂ ਉਹਨਾਂ ਨੂੰ ਜਿਹੜਾ ਪਹਿਲਾਂ ਅਲਾਇੰਸ ਸੀਗਾ ਅਕਾਲੀ ਦਲ ਨਾਲ ਬਣਾ ਕੇ ਰੱਖਣਾ ਚਾਹੀਦਾ ਸੀਗਾ। ਪਰ ਉਹਦੇ ਪਿੱਛੇ ਕਾਰਨ ਜੀਓਪੋਲੀਟੀਕਲ ਕਾਰਨ ਵੀ ਨੇ, ਜਿਹੜਾ ਲੈਫਟ ਨੇ ਸਟ੍ਰੈਟਜੀ ਲਈ ਹੈ ਕਿ ਉਸ ਵਕਤ ਗਲੋਬਲ ਲੈਵਲ 'ਤੇ ਜੀਓਪੋਲੀਟੀਕਲ ਲੈਵਲ 'ਤੇ ਦੋ ਰਾਈਵਲ ਕੈਂਪ ਸੀ, ਅਮੈਰੀਕਾ ਲੈਡ, ਕੋਲਡ ਵਾਰ ਜਿਹਨੂੰ ਕਹਿੰਦੇ ਆ ਸੋਵੀਟ ਲੈਡ, ਤਾਂ ਸੋਵੀਟ ਯੂਨੀਅਨ ਇੰਡੀਆ ਨੂੰ ਸੋਵੀਟ ਕੈਂਪ ਦਾ ਹਿੱਸਾ ਸਮਝਦਾ ਸੀ, ਰਸ਼ੀਆ, ਹਾਂ ਰਸ਼ੀਆ, ਯੂ ਨੋ, ਅਤੇ ਉਸ ਵਕਤ ਉਹਨੂੰ ਸੋਵੀਟ ਯੂਨੀਅਨ ਕਿਹਾ ਜਾਂਦਾ ਸੀ, ਬਟ 89 ਤੋਂ ਬਾਅਦ ਉਹਨੂੰ ਰਸ਼ੀਆ ਹੀ ਕਹਿ ਸਕਦੇ, ਸੋਵੀਟ ਯੂਨੀਅਨ ਟੁੱਟ ਗਿਆ।
ਤਾਂ ਸੋਵੀਅਤ ਯੂਨੀਅਨ ਨੇ ਜਿਹੜੀਆਂ ਪੰਜਾਬ ਦੀਆਂ ਕਮਿਊਨਿਸਟ ਇੰਡੀਆ ਦੀਆਂ ਕਮਿਊਨਿਸਟ ਪਾਰਟੀਆਂ ਨਾਲ ਬਹੁਤ ਨੇੜੇ ਦਾ ਸੰਬੰਧ ਸੀ, ਉਹਨਾਂ ਨੂੰ ਵੀ ਇਹ ਐਡਵਾਈਸ ਕੀਤਾ ਕਿ ਇੰਡੀਅਨ ਸਟੇਟ ਨੂੰ ਜੋ ਵੀ ਕੋਈ ਵੀਕਨ ਕਰਦਾ ਉਹ ਸਾਡੀ ਗਲੋਬਲ ਲੈਵਲ 'ਤੇ ਸਾਡੀ ਜਿਹੜਾ ਸੋਵੀਅਤ ਕੈਂਪ ਆ ਉਹਨੂੰ ਵੀਕ ਕਰਦਾ ਜੀ। ਤਾਂ ਇੱਥੋਂ ਦੇ ਕਮਿਊਨਿਸਟਾਂ ਨੇ ਅਨਕ੍ਰਿਟੀਕਲ ਲੈਵਲ 'ਤੇ ਸੋਵੀਅਤ ਐਡਵਾਈਸ ਨੂੰ ਮੰਨ ਕੇ ਕਿ ਜਿਹੜਾ ਵੀ ਇੰਡੀਅਨ ਗਵਰਨਮੈਂਟ ਨੂੰ ਵੀਕ ਕਰਦਾ ਉਹ ਡੀਸਟੈਬਲਾਈਜ਼ ਕਰ ਰਿਹਾ, ਉਹ ਯੂਨਿਟੀ ਇੰਟੈਗ੍ਰਿਟੀ ਨੂੰ ਨੁਕਸਾਨ ਪਹੁੰਚਾਉਂਦਾ, ਉਹ ਗਲੋਬਲ ਲੈਵਲ 'ਤੇ ਪ੍ਰੋਗਰੈਸਿਵ ਫੋਰਸਿਸ ਨੂੰ ਵੀਕ ਕਰਦਾ। ਇਹ ਬੜੀ ਕਿਸਮ ਦੀ ਕਰੂੜ ਕਿਸਮ ਦੀ ਅੰਡਰਸਟੈਂਡਿੰਗ ਹੈ ਔਰ ਜਿਹਨੇ ਬਹੁਤ ਨੁਕਸਾਨ ਪਹੁੰਚਾਇਆ ਔਰ ਜਿਹਨੇ ਆਪਣੀ ਧਰਤੀ ਦੇ ਵਿੱਚ ਐਨਾਲਾਈਜ਼ ਨਹੀਂ ਕੀਤਾ, ਬਾਹਰੋਂ ਆਈ ਐਡਵਾਈਸ ਨੂੰ ਐਕਸੈਪਟ ਕੀਤਾ ਜੀ, ਜਿਹਦੇ 'ਚ ਹਰਕਿਸ਼ਨ ਸਿੰਘ ਸੁਰਜੀਤ ਦਾ ਰੋਲ, ਮਤਲਬ ਉਹਨੇ ਪੋਜ਼ਿਟਿਵ ਰੋਲ ਵੀ ਪਲੇ ਕੀਤਾ ਜਿਹੜਾ ਬੀਜੇਪੀ ਦੇ ਖਿਲਾਫ ਪਾਰੀਆਂ ਤਾਕਤਾਂ ਨੂੰ ਇਕੱਠਾ ਕੀਤਾ, ਪਰ ਇਸ ਪੱਖੋਂ ਇੱਕ ਨੈਗੇਟਿਵ ਰੋਲ ਵੀ ਹੈ ਕਿ ਉਹ ਸੋਵੀਅਤ ਯੂਨੀਅਨ ਇੰਨਾ ਨੇੜੇ ਤੌਰ 'ਤੇ ਜੁੜੇ ਹੋਏ ਸੀ। ਇਸ ਤਰ੍ਹਾਂ ਹੀ CPI ਵੀ, ਮੈਂ ਇਹ ਨਹੀਂ ਕਹਾਂਗਾ ਕਿ ਜਿਹੜੇ ਕਮਿਊਨਿਸਟ ਕਾਰਕੁਨ ਸੀਗੇ ਉਹ ਸਾਰੇ ਕਰਪਟ ਸੀ ਜਾਂ ਉਹ ਡੀਜਨਰੇਟ ਸੀ, ਉਹਨਾਂ 'ਚ ਬਹੁਤ ਹੀ ਇਮਾਨਦਾਰ ਔਰ ਬਹੁਤ ਹੀ ਆਲਾ ਕਿਸਮ ਦੇ ਲੋਕ ਉਹਨਾਂ ਲਹਿਰਾਂ ਵਿੱਚ ਆਏ, ਪਰ ਉਹਨਾਂ ਨੂੰ ਇਸ ਆਈਡੀਓਲੋਜੀ ਨੇ ਉਹਨਾਂ ਨੂੰ ਇੱਕ ਪਾਸੇ ਲਿਆ ਕਿ ਜਿਹੜੀ ਵੀ ਲਹਿਰ ਹਿੰਦੁਸਤਾਨੀ ਸਟੇਟ ਨੂੰ ਵੀਕਨ ਕਰਦੀ ਹੈ ਉਹ ਸੰਸਾਰਿਕ ਲੈਵਲ 'ਤੇ ਪ੍ਰੋਗਰੈਸਿਵ ਸੋਰਸ ਨੂੰ ਵੀ ਕਰਦੀ ਹੈ, ਉਹ ਸ਼ਾਇਦ ਅਮੈਰੀਕਾ ਨੂੰ ਸਪੋਰਟ ਕਰਦੀ ਹੈ। ਇਹ ਬੜਾ ਕਰੂੜ ਕਿਸਮ ਦਾ ਮਕੈਨੀਕਲ ਕਿਸਮ ਦੀ ਸੋਚਣੀ ਨੇ ਵੀ ਇਹਦੇ ਵਿੱਚ ਰੋਲ ਪਲੇ ਕੀਤਾ ਔਰ ਉਹ ਇਸ ਰੋਲ 'ਚ ਪਾਰਟੀਸਪੇਟ ਕਰਨ ਲਈ ਆਪਣੇ ਆਪ ਨੂੰ ਹੱਲਾਸ਼ੇਰੀ ਵੀ ਦਿੰਦੇ ਸੀ, ਸਮਝਦੇ ਸੀ ਕਿ ਇਹ ਬੜਾ ਵੱਡਾ ਪ੍ਰੋਗਰੈਸਿਵ ਰੋਲ ਪਲੇ ਕਰ ਰਹੇ ਹਾਂ ਕਿ ਦੇਖੋ ਅਸੀਂ ਇੰਨੇ ਪਿਛਾਂ ਖਿੱਚੂ ਤਾਕਤਾਂ ਦੇ ਖਿਲਾਫ ਖੜ੍ਹੇ ਹਾਂ। ਉਹਦੇ ਪਿੱਛੇ ਜਿਹੜੀਆਂ ਸਿੱਖ ਜਥੇਬੰਦੀਆਂ ਹੈ ਅਤੇ ਉਹਨਾਂ ਦੇ ਵਿੱਚ ਵੀ ਬੜੀ ਨੈਗੇਟਿਵ ਕਿਸਮ ਦੀ ਸੋਚਣੀ, ਔਰ ਜਿਹੜਾ ਖਾਸ ਤੌਰ 'ਤੇ ਕੁਛ ਬੜੇ ਬੜੇ ਵਧੀਆ ਖੱਬੇ ਪੱਖੀ ਚਿੰਤਕ ਸੀਗੇ ਉਹਨਾਂ ਦਾ ਕਤਲ ਕਰਨਾ, ਜਿਵੇਂ ਦਰਸ਼ਨ ਸਿੰਘ ਕਨੇਡੀਅਨ ਦਾ ਕਤਲ ਕਰਨਾ ਔਰ ਪਾਸ਼ ਦਾ ਕਤਲ ਕਰਨਾ, ਪਾਸ਼ ਬਾਰੇ ਡਿਫਰੈਂਸਿਸ ਹੋ ਸਕਦੇ ਨੇ ਪਰ ਪਾਸ਼ ਦਿੱਲੀ ਦਰਬਾਰ ਦੇ ਖਿਲਾਫ਼ ਸੀ, ਉਹਦੀ ਬਹੁਤ ਵਧੀਆ ਕਵਿਤਾ ਹੈ ਜਦੋਂ ਇੰਦਰਾ ਗਾਂਧੀ ਮਰੀ ਹੈ ਤਾਂ ਇੱਕ ਬਹੁਤ ਸ਼ਾਨਦਾਰ ਕਵਿਤਾ ਕਿ ਮੈਂ ਇਸ ਸ਼ੋਕ ਵਿੱਚ ਸ਼ਾਮਿਲ ਨਹੀਂ, ਉਸ ਬੰਦੇ ਨੂੰ ਕਤਲ ਕਰਨਾ ਇਹ ਘਾਤਕ ਕਿਸਮ ਦੀ। ਬਟ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਆਪਸੀ ਕਲੈਸ਼ ਦਾ ਜਿਹੜਾ ਕਾਰਨ ਆ ਉਹ ਸਿਧਾਂਤਕ ਕਲੈਸ਼ ਵੀ ਬਣ ਜਾਂਦਾ? ਹਾਂ, ਹੋ ਸਕਦਾ ਕਿਸੇ ਲੈਵਲ 'ਤੇ ਜਿਹੜਾ ਪਰਸਨਲ ਵੀ ਅਸੀਂ ਸਾਡਾ ਸਿੱਖਾਂ ਨਾਲ ਕਲੈਸ਼ ਹੈ ਤਾਂ ਅਸੀਂ ਗੁਰੂ ਨਾਨਕ ਦੇ ਸਿਧਾਂਤ ਨੂੰ ਵੀ ਮਨਫੀ ਕਰ ਦਈਏ। ਮੇਰੇ ਖਿਆਲ ਦੇ ਵਿੱਚ ਕੋਈ ਨੋਟਿਸ ਨਹੀਂ ਆਇਆ ਕਿ ਕਿਸੇ ਖੱਬੇ ਪੱਖੀ ਚਿੰਤਕ ਨੇ ਜੋ ਕਿ ਸਿੱਖ ਜਥੇਬੰਦੀਆਂ ਨਾਲ ਉਹਨਾਂ ਦੀ ਵਿਰੋਧਤਾ ਹੈ ਤਾਂ ਉਹ ਗੁਰੂ ਨਾਨਕ ਦੇ ਵਿਚਾਰ ਨੂੰ ਕੁਐਸਚਨ ਕਰਦੇ, ਮੇਰੇ ਨੋਟਿਸ 'ਚ ਨਹੀਂ ਕੋਈ ਗੱਲ ਆਈ। ਨਾ, ਆਪਾਂ ਆਮ ਦੇਖਦੇ ਹਾਂ ਵੀ ਜਿਹੜੇ ਖੱਬੇ ਪੱਖੀ ਜਥੇਬੰਦੀਆਂ ਨੇ ਉਹ ਆਪਣੇ ਨਾਮ ਨਾਲ ਸਿੰਘ ਵੀ ਨਹੀਂ ਲਾਉਂਦੀਆਂ, ਉਹ ਗਲਤ ਕਿਸਮ ਦੀ ਸੋਚਣੀ ਆ, ਉਹ ਸਮਝਦੇ ਭਾਵੇਂ ਉਹ ਇੱਕ ਸਟਰਕਚਰ ਲੈਵਲ ਤੇ ਫਾਰਮਲ ਤੌਰ ਦੇ ਉੱਤੇ ਨਹੀਂ, ਇਨਫਾਰਮਲ ਤੌਰ ਦੇ ਉੱਤੇ ਉਹਨਾਂ ਦਾ ਕਾਫੀ ਜਿਹੜਾ ਵਰਤਾਰਾ ਇਹਨਾਂ ਦੇ ਖਿਲਾਫ ਹੋ ਰਿਹਾ। ਉਹਦਾ ਕਾਰਨ ਇੱਕ ਹੋਰ ਹੈ ਕਿਉਂਕਿ ਇੰਡੀਆ ਦੇ ਵਿੱਚ ਕਮਿਊਨਲਿਜ਼ਮ ਦਾ ਡਿਸਕੋਰਸ ਚੱਲਿਆ ਕਿ ਜਿਹੜਾ ਆਪਣੀ ਰਿਲੀਜੀਅਸ ਆਈਡੈਂਟੀ ਨੂੰ ਸ਼ੋਅ ਕਰਨਾ ਜਾਂ ਆਪਣੀ ਰਿਲੀਜੀਅਸ ਆਈਡੈਂਟੀ ਨੂੰ ਮੇਨਟੇਨ ਕਰਨਾ ਕਮਿਊਨਲਿਜ਼ਮ ਹੈ। ਮੈਂ ਇੱਕ ਪੇਪਰ ਲਿਖਿਆ, ਹੁਣ ਉਹ ਬੁੱਕ ਦੇ ਰੂਪ 'ਚ ਵੀ ਆ ਗਿਆ, ਉਹਨੂੰ ਮੈਂ ਕਹਿੰਦਾ ਇੰਸਟੀਟਿਊਸ਼ਨ ਕਮਿਊਨਲਿਜ਼ਮ, ਜਿਹਦੇ 'ਚ ਮੈਂ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਕਮਿਊਨਲਿਜ਼ਮ ਡਿਸਕੋਰਸ ਆ ਉਹਨੂੰ ਕ੍ਰਿਟੀਸਾਈਜ਼ ਕੀਤਾ ਕਿ ਕਮਿਊਨਲ ਲਫ਼ਜ਼ ਹੀ ਜਿਹੜਾ ਯੂਜ਼ ਕਰਨਾ ਇੰਡੀਆ ਦੇ ਵਿੱਚ ਇਹਦੀ ਬੈਕਗਰਾਊਂਡ ਹੈ। ਕਮਿਊਨਲ ਲਫ਼ਜ਼ ਸਾਰੀ ਦੁਨੀਆ ਦੇ ਵਿੱਚ ਬਹੁਤ ਪੋਜ਼ਿਟਿਵਲੀ ਦੇਖਿਆ ਜਾਂਦਾ। ਕਮਿਊਨਲ ਦਾ ਮਤਲਬ ਹੁੰਦਾ ਕੋਲੈਕਟਿਵ, ਕੋਆਪਰੇਟਿਵ, ਅਸੀਂ ਕਹਿੰਦੇ ਕਮਿਊਨਲ ਐਗਰੀਕਲਚਰ, ਕਮਿਊਨਲ ਐਗਰੀਕਲਚਰ, ਕਮਿਊਨਲ ਫੂਡ ਡਿਸਟ੍ਰੀਬਿਊਸ਼ਨ, ਕਮਿਊਨਲ ਸ਼ਬਦ ਦੀ ਵਿਆਖਿਆ ਜਿਹੜੀ ਉਹ ਗਲਤ ਹੋਈ, ਉਹ ਇੱਥੇ ਇਸ ਕਰਕੇ ਕੀਤੀ ਗਈ ਕਿਉਂਕਿ ਬ੍ਰਿਟਿਸ਼ ਰਾਜ ਦੇ ਦੌਰਾਨ ਦੇ ਵਿੱਚ ਜਦੋਂ ਬ੍ਰਿਟਿਸ਼ ਰੂਲਰਸ ਕੋਈ ਮਾਈਨੋਰਟੀ ਦਾ ਇੰਟਰਸਟ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦੇ ਸੀ ਤਾਂ ਉਹਨੂੰ ਜਿਹੜੀ ਕਾਂਗਰਸ ਪਾਰਟੀ ਕਮਿਊਨਲ ਕਹਿੰਦੀ ਸੀ, ਯੂਨੋ ਕਿ ਇਹ ਕਮਿਊਨਲ ਹੈ ਕਿਉਂਕਿ ਇਹ ਨੇਸ਼ਨ ਨੂੰ ਡਿਵਾਈਡ ਕਰਦਾ। ਉਹ ਜਿਹੜੀ ਇੰਡੀਆ ਦੀ ਨਵੀਂ ਸਟੇਟ ਨੇ ਇਸੇ ਡਿਸਕੋਰਸ ਨੂੰ ਲੈ ਲਿਆ ਔਰ ਖੱਬੇ ਪੱਖੀ ਚਿੰਤਕਾਂ ਦੇ ਵਿੱਚ ਵੀ ਅਨਕ੍ਰਿਟੀਕਲ ਲੈਵਲ 'ਤੇ ਇਸੇ ਨੂੰ, ਔਰ ਉਹ ਸਮਝਦੇ ਆ ਕਿ ਜੇ ਮੈਂ ਆਪਣੇ ਨਾਲ ਨਾ ਸਿੰਘ ਲਿਖਿਆ ਤਾਂ ਸ਼ਾਇਦ ਮੇਰਾ ਕਮਿਊਨਲ ਹੋਣ ਦਾ ਸੋਰਸ ਹੈ। ਇਹ ਬਹੁਤ ਗਲਤ ਸੋਚਣੀ ਸੀਗੀ ਜੀ। ਜੇ ਆਪਾਂ ਇਸ 80 ਤੇ 90 ਦੇ ਸੈਂਟਰ ਰਹੇ, ਖਾਸ ਤੌਰ 'ਤੇ ਸਾਂਝਰ ਨੈਲ ਸਿੰਘ ਬਾਰੇ ਗੱਲ ਕਰੀਏ ਤਾਂ ਬੜੀਆਂ ਰਾਏ ਜਿਹੜੀ ਉਹਦੇ ਬਾਰੇ ਆਉਂਦੀਆਂ ਨੇ, ਹਰੇਕ ਕੋਈ ਵੱਖ ਵੱਖ ਤਰ੍ਹਾਂ ਉਹਨਾਂ ਨੂੰ ਇੰਟਰਪ੍ਰੇਟ ਕਰਦਾ ਹੈ, ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਂ ਮੇਰੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੋਚਣੀ ਇਹ ਹੈ ਕਿ ਉਹਨਾਂ ਦਾ ਜਿਹੜਾ ਇਨੀਸ਼ੀਅਲ ਪੀਰੀਅਡ ਹੈ ਰਾਈਜ਼ ਦਾ ਉਹ ਇੱਕ ਰਿਲੀਜੀਅਸ ਰਿਫੋਰਮਰ ਦਾ ਰਾਈਜ਼ ਸੀ, ਕੋਈ ਉਹ ਇੰਡੀਅਨ ਸਟੇਟ ਦੇ ਖਿਲਾਫ਼ ਨਹੀਂ ਸੀ, ਕੋਈ ਨਾ ਹਿੰਦੂਆਂ ਦੇ ਖਿਲਾਫ਼ ਸੀ ਜੀ। ਉਹਨਾਂ ਨੇ ਜਿਹੜੀਆਂ ਸਮਾਜ ਦੇ ਵਿੱਚ ਬੁਰਾਈਆਂ ਆ ਰਹੀਆਂ ਸੀਗੀਆਂ, ਸਮਾਜਿਕ ਬੁਰਾਈਆਂ ਆ ਰਹੀਆਂ ਸੀਗੀਆਂ, ਜਿਹੜੀਆਂ ਸੱਭਿਆਚਾਰਕ ਬੁਰਾਈਆਂ ਆ ਰਹੀਆਂ ਸੀ ਕਿ ਲੋਕ ਸ਼ਰਾਬਾਂ ਪੀ ਰਹੇ ਸੀ ਔਰ ਮੀਨੋ
ਹੋਰ ਗਲਤ ਕਿਸਮ ਦੇ ਪੋਰਨੋਗ੍ਰਾਫਿਕ ਲਿਟਰੇਚਰ ਦੇਖਦੇ ਸੀ, ਉਹਨਾਂ ਨੂੰ ਇੰਟੂਟਿਵ ਲੈਵਲ 'ਤੇ ਲੱਗਾ ਕਿ ਲੋਕ ਇਹ ਗਲਤ ਪਾਸੇ ਜਾ ਰਹੇ ਨੇ। ਜੇ ਮੈਂ ਅੰਮ੍ਰਿਤ ਦਾ ਪ੍ਰਚਾਰ ਕਰਾਂ, ਇਹਨਾਂ ਨੂੰ ਅੰਮ੍ਰਿਤਧਾਰੀ ਸਿੱਖ ਬਣਾਵਾਂ, ਇਹ ਆਪਣੀ ਮਿਹਨਤ ਕਰਨ ਅਤੇ ਗਲਤ ਕਿਸਮ ਦੇ ਜਿਹੜੇ ਖਰਚੇ ਆ ਉਹ ਘਟਾਉਣ, ਤਾਂ ਉਹਦੇ ਨਾਲ ਕਈ ਲੋਕ ਸੁਧਰੇ। ਔਰ ਉਹਨਾਂ ਦੇ ਸੁਧਰ ਨਾਲ ਜਿਹੜੀ ਮੈਂ ਤੁਹਾਨੂੰ 15 ਸ਼ਬਾਂ ਦੀ ਗੱਲ ਦੱਸ ਰਿਹਾ ਨਾ, ਜਿਹੜੀ ਉਹਨੇ ਚੋਰੀ ਕੀਤੀ ਹੈ। ਮੈਂ ਪਹਿਲਾ ਬੰਦਾ ਸੀ ਜਿਹਨੇ ਮੈਂ ਨੋਟ ਕੀਤਾ ਸੀ ਕਿ ਸੰਤ ਭਿੰਡਰਾਂ ਵਾਲੇ ਦੇ ਪਹਿਲੇ ਜਿਹੜੇ ਫੋਲੋਅਰ ਸੀ ਉਹ ਔਰਤਾਂ ਅਤੇ ਬੱਚੇ ਸੀ। ਔਰ ਉਹ ਇਸ ਕਰਕੇ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਦੇਖੋ ਇਹ ਸੰਤ ਦੀ ਸਿੱਖਿਆ ਨਾਲ ਸਾਡੇ ਘਰ ਦਾ ਬੰਦਾ ਸ਼ਰਾਬੀ ਕਬਾਬੀ ਹੁਣ ਅੰਮ੍ਰਿਤਧਾਰੀ ਬਣ ਕੇ ਖੇਤੀ ਕਰਦਾ, ਨਾ ਕਿਸੇ ਗਲਤ ਥਾਂ 'ਤੇ ਸ਼ਰਾਬਾਂ ਪੀਂਦਾ, ਨਾ ਮੀਟ ਖਾਂਦਾ, ਔਰ ਸਾਡੀ ਜਿਹੜਾ ਕੰਜ਼ਮਪਸ਼ਨ ਸਾਡੀ ਘੱਟ ਗਈ, ਪੈਦਾਵਾਰ ਵੱਧ ਗਈ, ਇਸ ਤਾਂ ਖੁਸ਼ਹਾਲ ਹੋ ਗਏ। ਉਹ ਉਹਨਾਂ ਨੇ ਦੂਜੇ ਬੰਦਿਆਂ ਨੂੰ ਵੀ ਆਪਣੇ ਕੋਲ ਲਿਜਾਣਾ ਸ਼ੁਰੂ ਕੀਤਾ। ਔਰ ਇਹ ਮਤਲਬ ਉਹਨਾਂ ਦਾ ਜਿਹੜਾ ਪਹਿਲਾ ਫੇਜ਼ ਹੈ ਨਾ, ਇਹ ਬੜਾ ਪ੍ਰੋਗਰੈਸਿਵ ਫੇਜ਼ ਸੀ, ਹਿਊਮਨਿਸਟਿਕ ਫੇਜ਼ ਸੀ, ਇੱਕ ਹਿਊਮਨਿਸਟਿਕ ਰਿਸਪੋਂਸ ਸੀ ਅਗੇਂਸਟ ਕੈਪੀਟਲਿਸਟ ਡੀਜਨਰੇਸ਼ਨ। ਉਸ ਤੋਂ ਬਾਅਦ ਉਹ ਕੀ ਹੋਇਆ ਕਿ ਜਿਹੜੀ ਨਿਰੰਕਾਰੀ ਮੂਵਮੈਂਟ ਉੱਠੀ, ਨਿਰੰਕਾਰੀ ਮੂਵਮੈਂਟ ਦਾ ਵੀ ਕੰਪਲੈਕਸ ਹੈਗੇ ਆ, ਕਾਂਗਰਸ ਪਾਰਟੀ ਨਾਲ ਜੁੜੇ ਹੋਏ ਨੇ, ਉਹਨੂੰ ਇਨਕਰੇਜ ਕਰ ਰਹੇ ਸੀ। ਉਹਨਾਂ ਦੇ ਰਿਲੀਜੀਅਸ ਕੌਨਫਲਿਕਟ ਸੀਗਾ, ਪਰ ਉੱਥੇ ਵੀ ਉਹ ਹਿੰਦੂ ਕੌਨਫਲਿਕਟ ਨਹੀਂ ਸੀਗਾ, ਉਹ ਇਟ ਵਾਜ਼ ਸਿੰਪਲੀ ਰਿਲੀਜੀਅਸ ਕੌਨਫਲਿਕਟ ਬਿਟਵੀਨ ਦੀ। ਔਰ ਇਹਦੇ ਵਿੱਚ ਵੀ ਕੁਝ ਡਾਕੂਮੈਂਟਸ ਆ ਰਹੇ ਨੇ ਕਿ ਜਿਹਦੇ 'ਚ ਹੈ ਕਿ ਕੁਛ ਕਿਸੇ ਲੈਵਲ 'ਤੇ ਰੀਕੌਂਸਲੀਏਸ਼ਨ ਦੀ ਪੋਸੀਬਿਲਿਟੀ ਸੀਗੀ ਕਿ ਉਹ ਨਿਰੰਕਾਰੀ ਆਪਣੇ ਜਿਹੜੇ ਓਬਜੈਕਸ਼ਨ ਲਫ਼ 'ਚ ਕੱਢ ਦੇਣ ਔਰ ਉਹਨਾਂ ਨਾਲ ਸੁਲਹ ਸਫਾਈ ਹੋ ਜਾਵੇ, ਪੋਸੀਬਿਲਿਟੀ ਸੀ। ਉਹਨੂੰ ਵੀ ਕੁਛ ਕਾਂਗਰਸੀ ਲੀਡਰਾਂ ਨੇ ਸੈਬੋਟਾਜ ਕੀਤਾ, ਦਰਬਾਰਾ ਸਿੰਘ ਦਾ ਰੋਲ ਉਹ 'ਚ ਬਹੁਤ ਘਾਤਕ ਸੀ, ਅਤੇ ਉਹ ਐਂਟੀ ਨਿਰੰਕਾਰੀ ਬਣ ਗਿਆ। ਉਸ ਤੋਂ ਬਾਅਦ ਜਗਤ ਨਰਾਇਣ ਹੈ ਜਿਹੜਾ, ਉਹ ਨਿਰੰਕਾਰੀਆਂ ਦੀ ਬੜੀ ਓਪਨਲੀ ਸਪੋਰਟ ਕਰਦਾ ਸੀ। ਜਗਤ ਨਰਾਇਣ ਦਾ ਰੋਲ ਹੈ ਜਿਹੜਾ ਔਰ ਆਰੀਆ ਸਮਾਜ ਦਾ ਰੋਲ ਹੈ ਪੰਜਾਬ 'ਚ ਬਹੁਤ ਹੀ ਨੁਕਸਾਨਦੇਹ ਹੈ। ਇਹਦੇ ਬਾਰੇ ਸਿਸਟਮੈਟਿਕ ਸਟੱਡੀ ਨਹੀਂ ਹੋਈ, ਪਰ ਕੁਛ ਪੇਪਰਸ ਨੇ, ਇੱਕ ਇੰਦੂ ਬਾਂਗਾ ਦਾ ਪੇਪਰ ਹੈ ਆਰੀਆ ਸਮਾਜ 'ਤੇ, ਬੜਾ ਚੰਗਾ ਹੈ। ਔਰ ਇੱਕ ਦਿਓਲ ਕੁੜੀ ਹੈ, ਉਹਨੇ PhD ਕੀਤੀ ਹੈ ਸੁਹਾਸ ਤੋਂ, ਉਹਨੇ ਕੁਛ ਇਹਨੂੰ ਲਿਆ ਹੈ, ਉਹਨੇ ਪ੍ਰੈਸ ਮੀਡੀਆ 'ਤੇ ਜ਼ੋਰ ਦਿੱਤਾ, ਪਰ ਉਹਨੇ ਦੇਖਿਆ ਕਿ ਜਿਹੜਾ ਇਹ ਜਗਬਾਣੀ ਅਤੇ ਜਿਹੜਾ ਸਾਰਾ ਆਰੀਆ ਸਮਾਜ ਦਾ ਮੀਡੀਆ ਸੀਗਾ, ਇਹਨਾਂ ਦਾ ਬਹੁਤ ਹੀ ਘਾਤਕ ਰੋਲ ਹੈ। ਇੱਕ ਮੇਰੇ ਦੋਸਤ ਸੀ ਪ੍ਰੋਫੈਸਰ, ਉਹ ਉਹਨਾਂ ਦੀ ਡੈਥ ਹੋ ਚੁੱਕੀ ਹੈ, ਉਹਨਾਂ ਨੇ ਸੈਂਟਰ ਸਟੇਟ ਰਿਲੇਸ਼ਨ 'ਤੇ ਕੰਮ ਕੀਤਾ ਸੀ, ਉਹ ਵੀ ਮੇਰੇ ਕੋਲ ਇੱਥੋਂ ਆਇਆ ਸੀ ਜਦੋਂ ਮੈਂ ਪੜ੍ਹਾਉਂਦਾ ਸੀ। ਉਹਨਾਂ ਨੇ ਮੈਨੂੰ ਆ ਕੇ ਦੱਸਿਆ ਕਿ ਮੈਂ ਤਾਂ ਬਹੁਤ ਹੀ ਮਤਲਬ ਹੈਰਾਨ ਹੈ ਕਿ ਇਸ ਤਰ੍ਹਾਂ ਦੀ ਘਾਤਕ ਸੋਚ ਨਹੀਂ ਰੱਖਦੇ ਹੈ ਇੱਥੋਂ ਦੇ ਜਿਹੜੇ ਆਰੀਆ ਸਮਾਜ ਨਾਲ ਸੰਬੰਧਿਤ ਪ੍ਰਚਾਰਕ। ਅਤੇ ਉਹਨਾਂ ਨੂੰ ਉਹਨਾਂ ਦੇ ਸੰਤ ਭਿੰਡਰਾਂ ਵਾਲੇ ਦੇ ਪ੍ਰਚਾਰਕਾਂ ਨੇ ਜਾਂ ਉਹਨਾਂ ਦੇ ਇੱਕ ਨੈਫਿਊ ਵੀ ਮੇਰੇ ਇਨਵੋਲਵ ਸੀ, ਉਹਦੇ 'ਚ ਮਰਡਰ ਹੋ ਗਿਆ। ਉਹਨੂੰ ਜਿਹੜਾ ਸਟੇਟ ਨੇ ਇਹ ਦੇਖਿਆ ਕਿ ਹਿੰਦੂਆਂ 'ਤੇ ਅਟੈਕ ਹੈ ਜੀ, ਇਹਨੂੰ ਅਤੇ ਉਹਦਾ ਉਹਨਾਂ ਦਾ ਜਿਹੜਾ ਰੋਲ ਸੀ ਪਹਿਲਾਂ ਰਿਲੀਜੀਅਸ ਰਿਫੋਰਮਰ ਵਾਲਾ, ਉਹ ਰੋਲ ਪਿੱਛੇ ਰਹਿ ਗਿਆ ਅਤੇ ਇਹ ਰੋਲ ਅੱਗੇ ਆਉਣਾ ਸ਼ੁਰੂ ਹੋ ਗਿਆ ਜੀ। ਉਸ ਤੋਂ ਬਾਅਦ ਉਹ ਗੱਲ ਵੱਧਦੀ ਗਈ ਅਤੇ ਕੁਛ ਇਨੋਸੈਂਟ ਹਿੰਦੂ ਦੇ ਕਤਲ ਹੋਏ, ਜਿਹੜਾ ਕਿ ਪਹਿਲਾ ਜਿਹੜਾ ਅਟੈਕ ਢਿਲਵਾਂ 'ਤੇ ਹੋਇਆ ਸੀ, 4 ਬੰਦੇ ਮਾਰੇ ਗਏ ਸੀ, ਉਹਦੀ ਹਾਲਤ ਹੀ ਸਾਨੂੰ ਇਹ ਨਹੀਂ ਪਤਾ ਕਿ ਉਹ 4 ਬੰਦੇ ਕੌਣ ਸੀ, ਮਾਰਨ ਵਾਲੇ ਕੌਣ ਸੀ, ਉਹਦੇ ਪਿੱਛੇ ਬੜੇ ਸੀਰੀਅਸ ਡਾਊਟਸ ਨੇ ਕਿ ਇਹਨੂੰ ਹੂ ਡਿਡ ਦਿਸ। ਅਤੇ ਹਾਲਾਂਕਿ ਇਹ ਗੱਲ ਰੈਕਡ 'ਤੇ ਹੈ ਕਿ ਸੰਤ ਭਿੰਡਰਾਂ ਵਾਲੇ ਨੇ ਉਸ ਕਤਲ ਦੀ ਨਿਖੇਧੀ ਕੀਤੀ ਸੀ, ਉਹ ਕੰਡੈਮ ਕੀਤਾ ਸੀ। ਇਸ ਤਰ੍ਹਾਂ ਉਹਨਾਂ ਨੇ VN ਤਿਵਾੜੀ ਦਾ ਜਿਹੜਾ ਕਤਲ ਹੋਇਆ ਸੀ ਉਹਦੀ ਨਿਖੇਧੀ ਕੀਤੀ ਸੀ, ਔਰ ਉਹ ਨਿਖੇਧੀ ਜਦੋਂ VN ਤਿਵਾੜੀ ਦਾ ਭੋਗ ਸੀ ਆ ਉੱਥੇ ਪੜ੍ਹ ਕੇ ਸੁਣਾਈ ਗਈ ਸੀ, ਇਹਨੂੰ ਉਹਨਾਂ ਦੀ ਵਾਈਫ ਨੇ ਪੜ੍ਹ ਕੇ ਸੁਣਾਈ ਸੀ ਕਿ। ਪਰ ਇਹ ਹੈ ਕਿ ਇਹ ਜਿਹੜਾ ਇੰਡੀਅਨ ਮੀਡੀਆ, ਜਿਹੜਾ ਇੰਡੀਅਨ ਮੀਡੀਆ ਇਸ ਵਕਤ ਕਾਂਗਰਸ ਪਾਰਟੀ ਦੇ ਕੰਟਰੋਲ ਥੱਲੇ ਸੀ, ਦੂਰਦਰਸ਼ਨ ਇੱਕੋ ਹੀ TV ਸਟੇਸ਼ਨ ਹੁੰਦਾ ਸੀ, ਆਲ ਇੰਡੀਆ ਰੇਡੀਓ ਇੱਕੋ ਸੀ, ਉਹਨਾਂ ਨੇ ਸਿਸਟਮੈਟਿਕਲੀ ਸਾਰੀ ਚੀਜ਼ ਨੂੰ ਇਹ ਰਿਪ੍ਰੈਜੈਂਟ ਕੀਤਾ ਕਿ ਸਿੱਖ ਹੈ ਜਿਹੜੇ ਉਹ ਇੰਡੀਅਨ ਸਟੇਟ ਦੇ ਖਿਲਾਫ ਲੜ ਰਹੇ ਨੇ। ਮੀਡੀਆ ਹੋਵੇ ਜਾਂ ਇੰਟਲੈਕਚੁਅਲ ਵਰਗ ਹੋਵੇ, ਉਹ ਸਾਰਾ ਇੱਕ ਪਾਸੇ ਨੂੰ ਲੱਗਿਆ ਹੋਇਆ ਸੀਗਾ ਅਤੇ ਸਿੱਖ ਉਹਦੇ ਪ੍ਰੈਸ਼ਰ 'ਚ ਸੀਗੇ ਬਹੁਤ ਜ਼ਿਆਦਾ। ਬਿਲਕੁਲ ਬਿਲਕੁਲ। ਅਤੇ ਇੱਕ ਗੱਲ ਇਹ ਵੀ ਆਉਂਦੀ ਹੈ ਵੀ ਕਾਂਗਰਸ ਨਾਲ ਸੰਬੰਧ ਜੁੜੇ ਜਾਂਦੇ ਨੇ ਸੰਜੇ ਜਰਨੈਲ ਸਿੰਘ ਦੇ, ਤੁਸੀਂ ਉਹਨੂੰ ਕਿਵੇਂ ਦੇਖਦੇ ਹੋ? ਉਹ ਦੇਖੋ ਜੀ, ਉਹਦੇ 'ਚ ਮਾਰਕ ਟਲੀ ਦਾ ਜਿਹੜਾ ਰੋਲ ਹੈ ਉਹ ਮੈਂ ਨਹੀਂ ਕਹਾਂਗਾ ਕਿ ਉਹਦੀਆਂ ਕੋਈ ਇਲ ਇੰਟੈਂਸ਼ਨ ਹੋਣਗੀਆਂ, ਜਿੰਨੀ ਉਹਨੂੰ ਵਾਕਫੀ ਹੋਏਗੀ। ਉਹਦੇ 'ਚ ਉਹਦੀ ਜਿਹੜੀ ਕਿਤਾਬ ਹੈ ਪੰਜਾਬ 'ਤੇ ਲਿਖੀ ਸੀ ਉਹਨੇ ਸਤੀਸ਼ ਜੈਕਬ ਨਾਲ ਮਿਲ ਕੇ, ਉਹਦੇ 'ਚ ਇੱਕ ਫੋਟੋ ਸ਼ੋਅ ਕਰਦਾ ਹੈ ਕਿ ਸੰਤ ਭਿੰਡਰਾਂ ਵਾਲੇ ਔਰ ਜਥੇਦਾਰ ਸੰਤੋਖ ਸਿੰਘ ਇਕੱਠੇ ਬੈਠੇ ਹੈ, ਜਲਸਾ ਹੋ ਰਿਹਾ, ਜਥੇਦਾਰ ਸੰਤੋਖ ਸਿੰਘ ਕਾਂਗਰਸ ਦੇ ਕਲੋਜ਼ ਸੀ, ਉਹਦਾ ਉਹ ਐਵੀਡੈਂਸ ਲੈਂਦਾ ਹੈ ਕਿ ਉਹ ਕਾਂਗਰਸ ਨਾਲ ਜੁੜੇ ਹੋਏ ਸੀਗੇ ਜੀ। ਜਿਹੜੇ ਸੰਤ ਭਿੰਡਰਾਂ ਵਾਲੇ ਸੀ ਉਹ ਵੀ ਇੰਨੇ ਇਸ ਲੈਵਲ 'ਤੇ ਪੋਲੀਟੀਸਾਈਜ਼ ਨਹੀਂ ਸੀ ਕਿ ਅਕਾਲੀ ਨੂੰ ਸਪੋਰਟ ਕਰਨਾ ਜਾਂ ਕਾਂਗਰਸ ਨੂੰ। ਉਹਨਾਂ ਨੂੰ ਜੇ ਚੰਗਾ ਬੰਦਾ ਲੱਗਦਾ ਸੀ ਭਾਵੇਂ ਹਿੰਦੂ ਵੀ ਹੋਵੇ, ਉਹ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਉਹਨਾਂ ਦੇ ਹਿੰਦੂ ਵੀ ਫੋਲੋਅਰ ਸੀ। ਪਰ ਜਦੋਂ ਆਪਾਂ ਦੇਖਦੇ ਹਾਂ ਵੀ 84 ਦੇ ਵਿੱਚ ਸਿੱਖ ਨਸਲ ਖੁਸ਼ੀ ਹੁੰਦੀ ਹੈ, ਉਦੋਂ ਪੰਜਾਬ ਦੇ ਵਿੱਚ ਕੋਈ ਵੀ ਹਿੰਦੂ ਹੈ ਜਿਹੜਾ ਉਹ ਨਹੀਂ ਮਾਰਿਆ ਜਾਂਦਾ ਹੈ, ਬਹੁਤ ਚੰਗੀ ਗੱਲ। ਜਾਂ ਇਹ ਤੋਂ ਇਲਾਵਾ ਮੈਨੂੰ ਲੱਗਦਾ ਵੀ ਕੁਛ ਜਿਹੜੇ ਹਿੰਦੂ ਨੌਜਵਾਨ ਸੀਗੇ ਪੰਜਾਬ ਦੇ ਵਿੱਚ ਉਹ ਖੜਕੂ ਧਿਰਾਂ ਦੇ ਵਿੱਚ ਵੀ ਰਹੇ ਨੇ, ਮੈਂ ਲਿਖਿਆ ਇਹਦੇ ਬਾਰੇ ਜੀ ਜੀ ਜੀ। ਸੋ ਇਹ ਸੀਗੇ ਪ੍ਰੋਫੈਸਰ ਪ੍ਰੀਤਮ ਸਿੰਘ ਆਕਸਫੋਰਡ ਯੂਨੀਵਰਸਿਟੀ ਤੋਂ, ਜੋ ਅੱਜ ਸਾਡੇ ਵਿੱਚ
ਘਰ ਆ ਕੇ ਉਹਨਾਂ ਨੇ ਗੱਲਾਂਬਾਤਾਂ ਕੀਤੀਆਂ ਅਤੇ ਖਾਸ ਤੌਰ 'ਤੇ ਹਰੀ ਕ੍ਰਾਂਤੀ ਦੇ ਉੱਤੇ ਅਤੇ ਇਸ ਕੜੀ ਦੇ ਵਿੱਚ ਅਸੀਂ ਗੱਲ ਕੀਤੀ 80 ਅਤੇ 90 ਦੇ ਦਸ਼ਕ ਦੇ ਉੱਤੇ। ਸਮੇਂ ਦੀ ਸੀਮਾ ਹੋਣ ਕਰਕੇ ਸਾਨੂੰ ਇਹ ਪ੍ਰੋਗਰਾਮ ਇੱਥੇ ਸਮਾਪਤ ਕਰਨਾ ਪੈਣਾ, ਫਿਰ ਕਦੇ ਉਹਨਾਂ ਨਾਲ ਮੁਲਾਕਾਤ ਕਰਾਂਗੇ, ਗੱਲਾਂਬਾਤਾਂ ਕਰਾਂਗੇ। ਤਦ ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ, ਧੰਨਵਾਦ ਸਰ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।